ਸੋ ਹੈ ਗਾਈਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਰੌਕੀ ਅੰਤ 47 ਪੈਂਡ ਐਂਡ ਪਰਫੋਰਮ ਬਾਏ ਰੌਕੀ, ਪ੍ਰੋਡਿਊਸਡ ਬਾਏ ਰਿਪਲੈਸ, ਇੰਜੀਨੀਅਰ ਬਾਏ ਇੰਦਰਜੀ। ਲੈਟਸ ਚੈੱਕ ਇਟ। 47 ਚਲਾ ਲੈ ਗਨ ਸ਼ਾਟ ਦੇ ਦੋ ਚਾਰ। ਓ ਲੋ ਫਾਇਰ ਗਾਈਸ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ, ਜਿਹੜਾ ਡੱਬੇ ਵਾਲਾ ਉਹਨੂੰ ਪੈਰਾਂ ਥੱਲੇ ਰੋਲਦਾ, ਇਹਨਾਂ ਕੀੜਿਆਂ ਦੀ ਗੱਲ ਜੱਟ ਕਿੱਥੇ ਗੋਲਦਾ, ਖੱਟ ਲਏ ਨਵੇਂ ਹੁਣ ਵੈਰ ਟੋਲਦਾ, ਕਰ ਟੱਕਰ ਹੀ ਨੀ ਪਤਾ ਲੱਗੂ ਵਿੱਚ ਜੋੜਦਾ, ਟਿੱਕੇ ਹੁਸਨਾਂ ਨੂੰ ਵੇਖ ਕਦੇ ਵੀ ਨੀ ਡੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ। ਥੋੜ੍ਹਾ ਜਿਹਾ ਲਾਈਕ ਕੰਪੋਜੀਸ਼ਨ ਨੂੰ ਥੋੜ੍ਹਾ ਹੋਰ ਤੈਰਦੀ ਹੋਈ ਬਣਾ ਸਕਦੇ ਸੀਗੇ, ਥੋੜ੍ਹਾ ਸਿੱਧਾ ਸਿੱਧਾ ਜਿਹਾ ਰੱਖਿਆ, ਠੀਕ ਆ। ਲਾਈਕ ਜਿਵੇਂ ਐਂਡ 'ਚ ਸੁਰਜਾ ਕਰਿਆ ਨਾ, ਠੀਕ ਆ, ਉਹ ਚੀਜ਼ ਵਿੱਚ ਵਿੱਚ ਵੀ ਹਲਕੀ ਹਲਕੀ ਕਰ ਸਕਦੇ ਸੀਗੇ, ਠੀਕ ਆ, ਥੋੜ੍ਹੀ ਹੋਰ ਅਟਰੈਕਟਿਵ ਹੋ ਜਾਂਦੀ ਚੀਜ਼। ਹੁਣ ਵੀ ਠੀਕ ਆ, ਥੋੜ੍ਹਾ ਜਿਹਾ ਹਲਕਾ ਜਿਹਾ ਮਿਊਜ਼ਿਕ ਨੂੰ ਲਾਈਕ ਹੋਰ ਉਹ ਪਾ ਸਕਦੇ ਸੀ ਆਪਾਂ, ਕਾਫੀ ਜ਼ਿਆਦਾ ਤਰੀਕੇ ਨਾਲ ਗਨ ਸ਼ੋਟਸ ਹੋ ਗਏ, ਰੀਲੋਡਿੰਗ ਹੋ ਰਹੀ ਹੈ, ਠੀਕ ਹੈ, 1:47 ਦੀ, ਬਹੁਤ ਇੱਦਾਂ ਦੀ ਚੀਜ਼ਾਂ ਪੈ ਸਕਦੇ ਸੀ ਜਿਹਦੇ ਨਾਲ ਗਾਣਾ ਹੋਰ ਬਹੁਤ ਤਗੜਾ ਇਨਹੈਂਸ ਹੋ ਜਾਂਦਾ। ਜਿਵੇਂ ਲੁਕਸ ਫਰੈਂਕ, ਬਸ ਮਿਲੇ ਸਾਡੀ ਸੋਚ ਬਟ ਹੋਵਾਂ ਨਾ ਫਰੈਂਕ, ਇੰਡਸਟਰੀ ਚ ਹੋਣਾ ਪਹਿਲਾ ਜੱਟ ਦਾ ਨੀ ਰੈਂਕ, ਗਾਣੇ ਸੁੱਟਦਾ ਬਰੂਦ ਜਿਵੇਂ ਸੁੱਟਦਾ ਆ ਟੈਂਕ, ਉਂਜ ਕਰਦੇ ਵਿਰੋਧ ਮੂਰੇ ਹੁੰਦੇ ਆ ਬਲੈਂਕ, ਦੁਨੀਆਂ ਚ ਗੱਭਰੂ ਦਾ ਨਾਮ ਬੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ। ਦੇਖਿਆ ਬਿਲਕੁਲ ਵੀ ਬੀਟ ਵੇਰੀਏਸ਼ਨ ਹੈ ਹੀ ਨਹੀਂ, ਹਲਕਾ ਹਲਕੀ ਹਲਕੀ ਚੀਜ਼ਾਂ ਕਰ ਸਕਦੇ ਹਾਂ ਇਹ, ਠੀਕ ਹੈ। ਇਹਦੇ ਨਾਲ ਪਤਾ ਕੀ ਹੁੰਦਾ, ਇਹ ਮੈਂ ਕੋਈ ਲਾਈਕ ਨੁਕਸ ਜਾਂ ਉਹ ਚੀਜ਼ਾਂ ਨਹੀਂ ਕਰ ਰਿਹਾ, ਮੈਂ ਜੈਸੀ ਚੀਜ਼ਾਂ ਦੱਸ ਰਿਹਾ ਕਿ ਇਹਦੇ ਨਾਲ ਚੀਜ਼ਾਂ ਹੋਰ ਬੈਟਰ ਹੋ ਜਾਂਦੀਆਂ ਹੁੰਦੀਆਂ। ਯਾਰ ਕਿੱਕ ਬਹੁਤ ਹਾਰਡ, ਬਹੁਤ ਸੋਹਣੀ ਰੱਖੀ ਹੋਈ ਆ, ਨਾਈਸ ਆ। ਪੜ ਲਵਾਂ ਮੈਨੂੰ ਦੇਈ ਨਾ ਸਫਾਈ, ਸਾਡੇ ਨਾਲ ਬਨੇਰੇ ਹਾਂ ਤੇ ਕਾਮ ਬੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ, ਸੰਤਾਲੀ ਵਾਂਗ ਗੱਭਰੂ ਦਾ ਨਾਮ ਬੋਲਦਾ, ਹੈਡ ਸ਼ਾਟ ਵੈਰੀਆਂ ਦੇ ਸਿਰ ਖੋਲਦਾ। ਹਲਕਾ ਜਿਹਾ, ਇੱਕ ਤਾਂ ਹਲਕਾ ਜਿਹਾ ਵੋਕਲ ਚੈਂਡ ਜਿਹਾ ਲਾਈਕ ਪੈਨ ਹੋ ਰਿਹਾ ਸੀਗਾ, ਉਸ ਤੋਂ ਇਲਾਵਾ ਆਪਣਾ ਇੱਕ ਜੂੰ 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 ਪਿਆਨੋ ਚੱਲ ਰਿਹਾ ਸੀਗਾ ਲਾਈਕ ਪੂਰਾ ਕੀਜ਼, ਠੀਕ ਆ। ਉਸ ਤੋਂ ਇਲਾਵਾ ਬੀਟ ਬਹੁਤ ਹੈਵੀ ਹੈ, ਹਾਈ ਹੈਟਸ, ਕਲੈਪ, ਠੀਕ ਹੈ, ਇਹ ਚੀਜ਼ ਬਹੁਤ ਅਪ ਫਰੰਟ ਰੱਖੀ, ਉਸ ਤੋਂ ਅਪ ਫਰੰਟ ਵੋਕਲ ਰੱਖੀ ਹੋਈ, ਨਾਈਸ ਕੰਮ ਆ, ਠੀਕ ਆ। ਹਲਕੇ ਮੋਟੇ ਗਨ ਸ਼ੋਟਸ ਵਗੈਰਾ ਆਈ ਡੋਂਟ ਨੋ ਕਾ ਤੋਂ ਨਹੀਂ ਰੱਖੇ ਹੈ ਕਿ ਕੀ ਚੱਕਰ ਆ, ਬਟ ਇਟ ਕੁਡ ਹੈਵ ਹੈਲਪਡ, ਠੀਕ ਹੈ, ਕਾਫੀ ਹੋਰ ਵਧੀਆ ਹੋ ਸਕਦਾ ਸੀ ਕੰਮ, ਠੀਕ ਹੈ। ਵੋਕਲ ਨਾਈਸ ਸੀਗੀ, ਥੋੜ੍ਹੀ ਜਿਹੀ ਕੰਪੋਜੀਸ਼ਨ ਹੋਰ ਤੈਰਦੀ ਹੋਈ ਬਣਾ ਸਕਦੇ ਸੀਗੇ, ਬਾਕੀ ਕੰਮ ਘੈਂਟ ਖਿੱਚ ਕੇ ਰੱਖੋ। ਸਤਿ ਸ਼੍ਰੀ ਅਕਾਲ।